ਪਤਲਾ ਇੱਕ ਵਿਚਾਰਾ ਧਨ ਵੱਲੋਂ ਪਤਲਾ ਜਿਹਦੇ ਸਰੀਰ ਵਿੱਚ ਬਲ ਨਹੀਂ ਤੇ ਪੱਲੇ ਪੈਸਾ ਨਹੀਂ ਭੁੱਖ ਨੰਗ ਦੀ ਜਿਸਨੂੰ ਪੀੜਾ ਵਿਆਪੀ ਹੈ ਜਿਸਦੇ ਕੋਲ ਪੈਸਾ ਨਹੀਂ ਔਰ ਜਿਸਨੂੰ ਕੋਈ ਧੀਰਜ ਦੇਣ ਵਾਲਾ ਵੀ ਨਹੀਂ ਕੋਈ ਏਡਾ ਵੀ ਬਦਕਿਸਮਤ ਸੰਸਾਰ ਵਿੱਚ ਹੋਏਗਾ ਜਿਹਨੂੰ ਕੋਈ ਦੋ ਅੱਖਰ ਮੂੰਹ ਤੋਂ
ਧੀਰਜ ਦੇ ਵੀ ਨਾ ਕਹਿ ਸਕੇ। ਇਮਦਾਦ ਤਾਂ ਕਿਸੇ ਕਿਆ ਕਰਨੀ ਹੈ, ਜਵਾਨੀ ਧੀਰਜ ਵੀ ਨਹੀਂ ਕੋਈ ਦੇਣ ਵਾਲਾ। ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸੁਆਓ ਨਾ ਕੋ ਕਰੇ। ਕਿਸੇ ਦਾ ਕੋਈ ਸਵਾਰਥ ਬਣਿਆ, ਦੋ ਚਾਰ ਬਰਾਦਰੀ ਦੇ ਬੰਦੇ ਆਏ, ਉਹਨਾਂ ਨੇ ਉਸ ਵੇਲੇ ਨੂੰ ਸੰਭਾਲ ਲਿਆ, ਪਰ ਇਸਦਾ ਕੋਈ ਵੀ ਨਹੀਂ। ਇਹਦਾ ਸਵਾਰਥ ਕਰਨ ਵਾਲਾ ਕੋਈ ਹੈ ਹੀ ਨਹੀਂ। ਔਰ ਕੰਮ ਕਾਜ ਜਿਸਨੂੰ ਨਾ ਕਰਦਾ ਨਾ ਕਰ ਸਕਦਾ ਨਾ ਮਿਲਦਾ, ਕਰੇ ਕਿਵੇਂ? ਸਰੀਰ ਵਿੱਚ ਬਲ ਨਹੀਂ, ਕਰ ਨਹੀਂ ਸਕਦਾ, ਪੱਲੇ ਪੈਸਾ ਵੀ ਨਹੀਂ। ਸਰੀਰ ਵਿੱਚ ਬਲ ਹੋਵੇ ਤਾਂ ਬੰਦਾ ਮਜ਼ਦੂਰੀ ਕਰ ਲੈਂਦਾ, ਸਰੀਰ ਵਿੱਚ ਬਲ ਹੋਵੇ ਤਾਂ ਮਜ਼ਦੂਰੀ ਕਰ ਲੈਂਦਾ, ਜੇ ਪੱਲੇ ਪੈਸਾ ਹੋਵੇ। ਕਈ ਆਉਂਦੇ ਨੇ ਜੀ 10-20 ਰੁਪਈਏ ਦੇ ਦਿਓ, ਕਿਤੇ ਸਬਜ਼ੀ ਲਾ ਪਵਾਂਗੇ। ਭਾਵੇਂ ਲੈ ਗਏ ਤੇ ਮੁੜ ਸਬਜ਼ੀ ਸੁਬਜ਼ੀ ਕੋਈ ਨਾ ਲਾਈ, ਖਾ ਪੀ ਗਏ, ਪਰ ਇਸ ਬਹਾਨੇ ਨਾਲ ਲੈ ਗਏ ਵੀ ਜੀ ਮੰਗਣਾ ਬੜੀ ਸ਼ਰਮਿੰਦਗੀ ਹੈ, ਹੱਥ ਪੈਰ ਸਲਾਮਤ ਹਨ ਪਰ ਪੱਲੇ ਪੈਸਾ ਨਹੀਂ, ਜੇ 10-20 ਦੀ ਮਦਦ ਹੋ ਜਾਏ ਤਾਂ ਕੋਈ ਕੰਮ ਕਰ ਬਈਏ। ਜਾਂ ਬੰਦਾ ਸਰੀਰ ਦੇ ਬਲ ਨਾਲ ਕੰਮ ਕਰਦਾ, ਜਾਂ 4 ਪੈਸੇ ਪੱਲੇ ਹੋਵਣ, ਤੇ ਜਾਂ ਫਿਰ ਕੋਈ ਇਸਨੂੰ ਕੰਮੇ ਲਾ ਲਵੇ, ਕਿਸੇ ਕੰਮ ਲਾ ਲਵੇ, ਕਿਸੇ ਨੂੰ ਦਇਆ ਆਵੇ। ਪਰ ਜਿਸ ਗਰੀਬ ਦਾ ਕੋਈ ਵੀ ਨਹੀਂ, ਕਿਸੇ ਨੇ ਕੰਮ ਨਹੀਂ ਲਗਾਇਆ, 4 ਪੈਸੇ ਪੱਲੇ ਨਹੀਂ, ਸਰੀਰ ਵਿੱਚ ਬਲ ਨਹੀਂ, ਹਰ ਪਾਸਿਓ ਨਿਤਾਣਾ ਤੇ ਨਿਮਾਣਾ ਹੈ। ਸਾਹਿਬ ਆਖਦੇ ਨੇ ਜੇ ਕੋਈ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੇ ਨਾ ਕੋਈ ਦੇਵੇ ਧੀਰ, ਸਵਾਰਥ ਸਵਾਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਜਿਸਨੂੰ ਕਿਤੇ ਪਰਮੇਸ਼ਵਰ ਦਾ ਨਾਮ ਚਿਤ ਆ ਜਾਏ, ਜੇ ਕਿਤੇ ਜਪ ਲਵੇ ਸ੍ਰੀ ਵਾਹਿਗੁਰੂ, ਬੰਦਾ ਹਰ ਮਿਹਨਤ ਕਰੇਗਾ, ਇੱਕ ਨਾਮ ਨਹੀਂ ਜਪੇਗਾ, ਕਿਉਂਕਿ ਨਾਮ ਤੇ ਤਾਂ ਪ੍ਰਤੀਤ ਹੈ ਹੀ ਨਹੀਂ। ਪ੍ਰਤੀਤ ਆਉਂਦੀ ਹੈ ਪ੍ਰਤੀਤ ਵਾਲਿਆਂ ਦੀ ਸੰਗਤ ਨਾਲ, ਤੇ ਸੰਗਤ ਸਭਨਾਂ ਨੂੰ ਪ੍ਰਤੀਤ ਵਾਲਿਆਂ ਦੀ ਨਹੀਂ ਹੁੰਦੀ। ਇਹ ਤਾਂ ਕਿਸੇ ਦੇ ਬੜੇ ਪੁੰਨ ਹੋਵਣ, ਬੜੇ ਭਾਗ ਹੋਵਣ, ਤਾਂ ਕਿਤੇ ਕੋਈ ਐਸਾ ਮਹਾਂਪੁਰਖ ਮਿਲੇ ਜੋ ਪ੍ਰਤੀਤ ਵਾਲਾ ਹੋਵੇ ਔਰ ਸਾਡੀ ਪ੍ਰਤੀਤ ਬਣਾ ਦੇਵੇ। ਕਿਉਂਕਿ ਬਿਨ ਪ੍ਰਤੀਤੀ ਭਗਤ ਨਾ ਹੋਵੇ, ਪ੍ਰਤੀਤ ਬਿਨਾਂ ਭਗਤੀ ਨਹੀਂ, ਭਗਤੀ ਹੈ ਪ੍ਰਤੀਤ ਦੀ। ਜਿੰਨਾ ਚਿਰ ਪ੍ਰਤੀਤ ਨਾ ਹੋਵੇ ਭਗਤੀ ਕਾਹਦੀ, ਬਿਨ ਪ੍ਰਤੀਤੀ ਭਗਤ ਨਾ ਹੋਵੇ ਭਗਤੀ ਨਹੀਂ ਹੁੰਦੀ ਪ੍ਰਤੀਤ ਬਿਨਾਂ। ਤੇ ਪ੍ਰਤੀਤ ਆਉਂਦੀ ਹੈ ਪ੍ਰਤੀਤ ਵਾਲਿਆਂ ਦੀ ਸੰਗਤ ਨਾਲ, ਜਿਨ੍ਹਾਂ ਦੇ ਬਚਨਾਂ 'ਤੇ ਪ੍ਰਤੀਤ ਹੋਵੇ, ਜਿਨ੍ਹਾਂ ਦੀ ਕਰਨੀ 'ਤੇ ਪ੍ਰਤੀਤ ਹੋਵੇ, ਫਿਰ ਇਹ ਪ੍ਰਤੀਤ ਬਣਦੀ 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 ਬਣ ਜਾਂਦੀ।
ਆਪਣੇ ਵੀ ਪੁੰਨ ਹੋਵਣ ਤਾਂ ਪ੍ਰਤੀਤ ਆਉਂਦੀ ਹੈ। ਕੰਨੇ ਨੂੰ ਪ੍ਰਤੀਤ ਆ ਗਈ ਵੀ ਇਹ ਪੱਥਰ ਭਗਵਾਨ, ਬਸ ਇਸੇ ਪ੍ਰਤੀਤ ਨੇ ਉਸ ਪੱਥਰ ਨੂੰ ਸੱਚਮੁੱਚ ਭਗਵਾਨ ਬਣਾ ਦਿੱਤਾ। ਨਹੀਂ ਤੇ ਪੱਥਰ, ਪੰਡਿਤ ਨੇ ਪੱਥਰ ਦਿੱਤਾ ਸੀ, ਪੱਥਰ ਇੱਕ ਪਲੇਟ ਕੇ, ਭਾਈ ਸਾਹਿਬ ਨੇ ਵੀ ਪੱਥਰ ਹੀ ਲਿਖਿਆ, ਪੱਥਰ ਇੱਕ ਪਲੇਟ ਕੇ ਦੇ ਤੰਨੇ ਨੂੰ ਗੈਲ ਛਡਾਵੇ ਮਗਰੋਂ ਲਾਇਆ ਸੀ, ਫੇੜੇ ਜੋ ਪੈ ਗਿਆ। ਦਾਦਾ ਇੱਕ ਠਾਕੁਰ ਦੇ, ਇੱਕ ਠਾਕੁਰ ਦੇ, ਚੰਗਾ ਬਈ ਠਾਕੁਰ ਲੈ ਜਾ, ਔਰ ਸਭ ਤੋਂ ਵੱਡਾ ਠਾਕੁਰ ਹੈ ਹੀ, ਦੇਖ ਲੈ ਸਾਰਿਆਂ ਨਾਲ ਮੁਕਾਬਲਾ ਕਰਕੇ। ਵੱਡਾ ਸਾਰਾ ਪੱਥਰ ਚੁੱਕ ਕੇ ਦੰਨੇ ਦੇ ਹੱਥ ਪਕੜਾਇਆ ਤੇ ਆਖਿਆ, ਵੱਡਾ ਠਾਕੁਰ ਦੇਖ ਦੰਨਿਆ ਮੈਂ ਤੈਨੂੰ ਦੇ ਰਿਹਾ ਹਾਂ, ਤੇ ਬੜੇ ਕਾਰਜ ਕਰੇਗਾ ਤੇਰੇ, ਬੜੇ ਕੰਮ ਸਵਾਰੇਗਾ। ਦਾਦਾ ਇਹ ਖਾਂਦਾ ਪੀਂਦਾ ਕੀ ਹੈ? ਬਈ ਜੋ ਕੁਝ ਤੇਰੇ ਘਰ ਬਣੇ, ਜਿਸ ਤਰ੍ਹਾਂ ਦਾ ਭੋਜਨ ਤੂੰ ਬਣਾਏ, ਬਸ ਪਹਿਲਾਂ ਭਗਵਾਨ ਦੇ ਅੱਗੇ ਰੱਖੇ ਤੇ ਬੇਨਤੀ ਕਰੇ ਬਈ ਤੂੰ ਖਾ ਤੇ ਫਿਰ ਆਪ ਖਾਵੇਂ। ਸਤ ਵਚਨ ਪ੍ਰਤੀਤ ਕਰਕੇ ਦੰਨਾ ਪੱਥਰ ਨੂੰ ਲੈ ਗਿਆ ਭਗਵਾਨ ਬਣਾ ਕੇ। ਠਾਕਰ ਨੂੰ ਨਵਾਲ ਕੇ ਛਾ ਰੋਟੀ ਲੈ ਭੋਗ ਚੜਾਵੇ, ਜਿਵੇਂ ਪੰਡਿਤ ਨੇ ਆਖਿਆ ਸੀ, ਇਸ਼ਨਾਨ ਕਰਾਇਆ, ਆਸਨ ਤੇ ਬਿਠਾਇਆ ਤੇ ਜੋ ਕੁਝ ਬਣਾਇਆ ਸੀ, ਸਾਗ ਤੇ ਟੋਡਾ ਅੱਗੇ ਪਰੋਸ ਕੇ ਰੱਖਿਆ ਤੇ ਬੇਨਤੀ ਕੀਤੀ, ਲਓ ਭਗਵਾਨ ਛਕੋ। ਬਾਹਮਣ ਦੇ ਘਰ ਤਾਂ ਖੀਰ ਪੂੜੇ ਸਨ, ਹੋਰ ਛੱਤੀ ਪਦਾਰਥ ਸਨ, ਪਰ ਇਹ ਘਰ ਜੱਟ ਦਾ ਹੈ, ਇਸ ਘਰ ਵਿੱਚ ਇਹ ਹੀ ਕੁਝ ਹੈ, ਇੱਥੋਂ ਮੈਂ ਛੁਪਾ ਕੇ ਨਹੀਂ ਰੱਖਿਆ, ਜੋ ਕੁਝ ਸੀ ਹਾਜ਼ਰ ਕੀਤਾ। ਇੱਕ ਵਾਰੀ ਫਰੀਦ ਦੇ ਘਰ ਮਹਿਮਾਨ ਆ ਗਏ, ਫਰੀਦ ਦੇ ਘਰ ਮਹਿਮਾਨ ਆਏ, ਫਰੀਦ ਨੇ ਰੋਟੀ ਪਾਣੀ ਕੋਈ ਨਾ ਪੁੱਛੀ, ਕਿਉਂਕਿ ਘਰ ਕੁਝ ਸੀ ਨਹੀਂ, ਦਰਵੇਸ਼ ਆਦਮੀ ਦੇ ਘਰ ਕੀ ਹੁੰਦਾ। ਉਹ ਮਹਿਮਾਨ ਸੋਚਣ ਲੱਗ ਪਏ ਵੀ ਚੰਗਾ ਮਿੱਤਰ ਸਾਡਾ, ਇਸਦੇ ਘਰ ਆਏ ਹਾਂ, ਸਾਨੂੰ ਰੋਟੀ ਨਾ ਪਾਉਣ, ਕੁਛ ਵੀ ਨਹੀਂ ਪੁੱਛਿਆ। ਫਰੀਦ ਜਾਣ ਗਿਆ ਮਨ ਵਿੱਚ ਕੀ ਪੈ ਸੋਚਦੇ ਹਨ, ਕਹਿੰਦੇ ਮਿੱਤਰ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਜੇ ਮੇਰੇ ਕੋਲ ਹੁੰਦਾ ਤੇ ਮੈਂ ਤੁਹਾਥੋਂ ਨਾ ਵਾਰਦਾ, ਮੇਰੇ ਕੋਲ ਹੁੰਦਾ ਤੇ ਮੈਂ ਤੁਹਾਡੇ ਅੱਗੇ ਨਾ ਪਰੋਸਦਾ, ਤੁਹਾਨੂੰ ਨਾ ਖਵਾਉਂਦਾ, ਤਾਂ ਮੈਂ ਇੰਜ ਸੜਦਾ ਜਿਵੇਂ ਮੰਜੀਠ ਅੰਗਾਰਿਆਂ ਤੇ ਸੜਦੀ। ਪਰ ਜੇ ਮੇਰੇ ਪਾਸ ਹੈ ਹੀ ਕੁਛ ਨਾ, ਤਾਂ ਮੈਂ ਉਪਰੋਂ ਉਪਰੋਂ ਐਵੇਂ ਪੁੱਛ ਕੇ ਮਿੱਤਰਤਾ ਨੂੰ ਵੱਟਾ ਲਾਵਾਂ, ਪਾਖੰਡ ਰਚਾਵਾਂ, ਮੇਰੇ ਕੋਲ ਕੁਝ ਹੈ ਹੀ ਨਹੀਂ, ਇਸ ਵਾਸਤੇ ਮੈਂ ਪੁੱਛਿਆ ਹੀ ਨਹੀਂ। ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਤਾਂ ਹੇੜਾ ਜਲੇ ਮੰਜੀਠ ਜਿਉਂ ਉੱਪਰ ਅੰਗਾਰਾ, ਮੈਂ ਅੰਗਾਰੇ ਦੇ ਉੱਤੇ ਜਿਵੇਂ ਮੰਜੀਠ ਪਈ ਸੜਦੀ ਹੈ, ਮੈਂ ਇੰਜ ਸੜ ਕੇ ਕੋਲੇ ਹੋਵਾਂ ਜੇ ਮੈਂ ਤੁਹਾਥੋਂ ਕੁਝ ਛੁਪਾ ਕੇ ਰੱਖਿਆ ਹੋ। ਜੋ ਕੁਝ ਸੀ ਮੇਰੇ ਕੋਲ, ਆ ਮੂੰਹ ਦੇ ਮਿੱਠੇ ਬੋਲ ਸਨ ਉਹ ਮੈਂ ਆਖੇ, ਹੱਥ ਸਨ ਮੈਂ ਤੁਹਾਨੂੰ ਜੋੜ ਕੇ ਜੀ ਆਇਆਂ ਨੂੰ ਕਹਿ ਕੇ ਬਿਠਾਇਆ, ਹੁਣ ਜੇ ਹੋਰ ਕੁਝ ਨਹੀਂ ਮੇਰੇ ਕੋਲ ਤਾਂ ਮੈਂ ਕਿਆ ਕਰਦਾ, ਕੀ ਆਖਦਾ, ਕਿਆ ਪਰੋਸਦਾ, ਕੀ ਅੱਗੇ ਰੱਖਦਾ। ਤਾਂ ਥੰਨੇ ਨੇ ਆਖਿਆ, ਪ੍ਰਭੂ ਮੇਰੇ ਪਾਸ ਇਹੀ ਕੁਝ ਹੈ, ਬੇਸ਼ੱਕ ਦੇਖ ਲਓ, ਤਲਾਸ਼ੀ ਲੈ ਲਓ, ਇਸ ਤੋਂ ਵਧੀਕ ਕੁਝ ਮਿਲੇ ਤੁਹਾਨੂੰ ਤਾਂ
ਸਾਹ ਰੋਟੀ ਲੈ ਭੋਗ ਚੜਾਵੇ ਤੇ ਹੱਥ ਜੋੜ ਮਿੰਨਤ ਕਰੇ ਪੈਰੀ ਪੈ ਪੈ ਬਹੁਤ ਮਨਾਵੇ। ਪ੍ਰਤੀਤ ਹੈ ਨਾ ਵੀ ਠਾਕੁਰ ਹੈ, ਤਾਂ ਤਾਂ ਬੇਨਤੀਆਂ ਪਿਆ ਕਰਦਾ, ਹੱਥ ਪਿਆ ਜੋੜਦਾ, ਪੈਰੀ ਪਿਆ ਪੈਂਦਾ। ਜੇ ਇੱਕ ਵਾਰੀ ਵੀ ਖਿਆਲ ਆ ਜਾਂਦਾ ਵੀ ਪੱਥਰ ਹੈ ਤੇ ਫਿਰ ਆਖਦਾ ਫਿਰ ਨਾ ਆਖਦਾ। ਇਸ ਪ੍ਰਤੀਤ ਨੇ, ਧਨੇ ਦੀ ਪ੍ਰਤੀਤ ਨੇ ਉਸ ਪੱਥਰ ਨੂੰ ਭਗਵਾਨ ਬਣਾ ਦਿੱਤਾ। ਤੋ ਪ੍ਰਤੀਤ ਦੀ ਬੜੀ ਲੋੜ ਹੈ। ਜਿੰਨਾ ਚਿਰ ਪ੍ਰਤੀਤ ਨਾ ਹੋਵੇ ਭਗਤੀ ਸੰਪੂਰਨ ਨਹੀਂ ਹੁੰਦੀ, ਭਗਤੀ ਕੀਤੀ ਦਾ ਫਲ ਨਹੀਂ ਮਿਲਦਾ। ਸਾਹਿਬ ਆਖਦੇ ਨੇ ਜਿਸ ਪ੍ਰਤੀਤ ਨਾ ਆਵਈ ਸੋ ਜੀਅੜਾ ਜਲ ਜਾ, ਉਹ ਹਿਰਦਾ ਸੜ ਬਲ ਕੇ ਕੋਲੇ ਹੋ ਜਾਏ ਜਿਸ ਹਿਰਦੇ ਨੂੰ ਆਪਣੇ ਇਸ਼ਟ ਤੇ ਆਪਣੇ ਗੁਰੂ ਤੇ ਪ੍ਰਤੀਤ ਨਾ ਆਵੇ। ਪ੍ਰਤੀਤ ਦੀ ਲੋੜ ਹੈ। ਪ੍ਰਤੀਤ ਕਿਹੜੀ ਪ੍ਰਤੀਤ ਕੀਤੀ ਪ੍ਰਹਲਾਦ ਨੇ, ਛੋਟਾ ਜਿਹਾ ਬਾਲਕ ਆਖਦਾ ਰਾਮ ਸਭ ਥਾਈ ਹੈ, ਐਸੀ ਪ੍ਰਤੀਤ ਆਈ ਕਿ ਨਹੀਂ ਡੋਲਦਾ। ਤੇ ਜਿਸਨੂੰ ਇਹ ਪ੍ਰਤੀਤ ਆ ਜਾਵੇ ਫਿਰ ਉਹ ਜਿਹੜੇ ਪਾਸੇ ਤੱਕੇ ਉਸਨੂੰ ਭਗਵਾਨ ਦੇ ਦਰਸ਼ਨ ਹੁੰਦੇ। ਭਾਵੇਂ ਕਿਸੇ ਪਾਸੇ ਚਾ ਵੇਖੇ ਅੰਦਰ ਹੋਵੇ ਪ੍ਰਤੀਤ ਅੱਗੇ ਖੜੋਤਾ। ਨਾਮਦੇਵ ਪ੍ਰਤੀਤ ਵਾਲਾ ਸੀ, ਜੇ ਕੁੱਤੇ ਵੱਲ ਤੱਕਦਾ ਤਾਂ ਕੁੱਤਾ ਭਗਵਾਨ ਰੂਪ ਹੋ ਜਾਂਦਾ। ਤੋ ਪ੍ਰਤੀਤ ਨਾਲ ਨਾਮ ਜਪਣਾ, ਪ੍ਰਤੀਤ ਨਾਲ ਸਾਹਿਬ ਆਖਦੇ ਨੇ ਭਾਵੇਂ ਇਤਨਾ ਕੋਈ ਦੁਬਲਾ ਹੋਵੇ ਕਿ ਜਿਸਨੂੰ ਭੁੱਖ ਨੰਗ ਦੀ ਪੀੜਾ ਵਿਆਪੀ ਹੋਵੇ, ਦਮੜਾ ਪੱਲੇ ਨਾ ਪਵੇ, ਨਾ ਕੋਈ ਦੇਵੇ ਧੀਰ, ਸਵਾਰਥ ਸੁਆਹ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ। ਜੇ ਪ੍ਰਤੀਤ ਕਰਕੇ ਚਾਹੋ ਜਪੇ ਸ੍ਰੀ ਵਾਹ, ਤਾਂ ਇਸਦਾ ਫਲ ਕੀ ਹੈ? ਸਾਹਿਬ ਆਖਦੇ ਨੇ ਤਾਂ ਨਿਚਲ ਹੋਵੇ ਰਾਜ, ਉਸਦਾ ਰਾਜ ਨਿਚਲ ਹੈ, ਅਚਲ ਹੈ, ਅਵਨਾਸ਼ੀ ਹੈ। ਬਾਬਾ ਜੀ ਆਖਦੇ ਸਨ ਧਰੂ ਪਿਛਲੇ ਜਨਮ ਦਾ ਰਿਖੀ ਸੀ, ਰਿਖੀ ਸੀ ਤੇ ਮਰਨ ਲੱਗਾ। ਇਹਦੇ ਮਨ ਵਿੱਚ ਆਈ ਵੀ ਕਿਤੇ ਥੋੜੀ ਦਾਲ ਹੁੰਦੀ ਤਾਂ ਘੁੱਟ ਪੀ ਲੈਂਦਾ, ਪਰ ਮੇਰੇ ਹੁਣ ਸਰੀਰ ਵਿੱਚ ਬਲ ਨਹੀਂ ਉੱਠਣ ਜੋਗਾ, ਕੌਣ ਬਣਾਵੇ ਤੇ ਕੌਣ ਦੇਵੇ। ਬਸ ਐਸ ਇੱਛਾ ਨੇ ਦਾਲ ਦੀ ਇੱਛਾ ਕੀਤੀ ਸੀ ਤੇ ਸੀ ਜਪਣ ਵਾਲਾ। ਜਪਣ ਵਾਲੇ ਦੀ ਇੱਛਾ ਫਿਰ ਕਿਤਨੀ ਸਫਲ ਹੋਈ ਕਿ ਧਰੂ ਨੂੰ ਆਕਾਸ਼ਵਾਣੀ ਹੋਈ, ਧਰੂ ਹੋ ਤਾਂ ਤੂੰ ਹੁਣੇ ਮੁਕਤ ਜਾਣਾ ਸੀ, ਪਰ ਤੇਰੇ ਅੰਦਰ ਦਾਲ ਦੀ ਇੱਛਾ ਆ ਗਈ ਹੈ ਨਾ ਪਦਾਰਥ ਦੀ, ਇਸ ਵਾਸਤੇ ਇੱਕ ਜਨਮ ਰਾਜ ਕਰਕੇ ਆ। ਤੇ ਜੇ ਦਾਲ ਦੀ ਇੱਛਾ ਵੀ ਕਰਨ ਜਪਣ ਵਾਲੇ ਤਾਂ ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੁੰਦਾ, ਕਿਉਂਕਿ ਪਦਾਰਥ ਦੀ ਇੱਛਾ ਆਈ ਨਾ ਅੰਦਰ। ਤੇ ਆਖਿਆ ਫਿਰ ਕਮੀ ਕੋਈ ਨਾ ਰਵੇ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੇ ਸੋ ਦੇਣਾ। ਇਹ ਮੇਰਾ ਬਾਲਕ ਹੈ, ਜੋ ਕੁਝ ਮੂੰਹੋਂ ਮੰਗੇ ਤਤਕਾਲ ਹਾਜ਼ਰ ਕਰਨਾ। ਪਰ ਧਨ ਉਹ ਬਾਰਕ ਹੈ ਜਿਹੜਾ ਕੁਛ ਨਹੀਂ ਮੰਗਦਾ, ਆਖਦਾ ਨਾਨਕ ਬਾਰਕ ਦਰਸ ਪ੍ਰਵਚਾ, ਇਹ ਤੇਰਾ ਬਾਰਕ ਤੇਰਾ ਦਰਸ ਹੀ ਚਾਹੁੰਦਾ, ਤੇਰਾ ਨਾਮ ਜਪਣਾ ਚਾਹੁੰਦਾ ਹੈ, ਹੋਰ ਕੁਛ ਨਹੀਂ ਚਾਹੁੰਦਾ। ਮੋਹ ਹਿਰਦੇ ਵਸੇ ਨਿਤ ਚਰਨਾ, ਮੇਰੇ ਹਿਰਦੇ ਵਿੱਚ ਪ੍ਰਭੂ ਸਦਾ ਤੁਹਾਡੇ ਚਰਨ ਵਸਦੇ ਰਹਿਣ। ਸਹਿਬਾਗਤਿਨ ਪ੍ਰਤੀਤ ਨਾਲ ਕੋਈ ਜਪੇ ਤਾਂ ਭਾਵੇਂ ਏਡਾ ਦੁਖੀ ਹੋਵੇ, ਇਤਨਾ ਨੀਚ ਹੋਵੇ ਸੰਸਾਰ ਵਿੱਚ ਕਿ ਕੋਈ ਉਸਦੇ ਨੇੜੇ ਤੱਕ ਨਾ ਆਵੇ। ਜੋ ਪ੍ਰਾਣੀ ਕਹੂੰ ਨਾ ਆਵਤ ਕਾਮ,
ਸੰਤ ਪ੍ਰਸਾਦ ਵਾਂਗੂ ਜਪੀਏ ਨਾਮ, ਮਹਾਂਪੁਰਖਾਂ ਦੀ ਕਿਰਪਾ ਨਾਲ ਜਪਣ ਵਾਲਿਆਂ ਦੀ, ਕਿਉਂਕਿ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ। ਰਾਮ ਤਾਂ ਮੁਕਤੀ ਦਾ ਦਾਤਾ ਹੈ, ਫਲ ਪ੍ਰਦਾਤਾ, ਜੈਸਾ ਕੋਈ ਕਰਮ ਕਰੇ ਵੈਸਾ ਫਲ ਦੇਵੇਗਾ। ਅੱਗੋਂ ਕਰਮ ਕੌਣ ਕਰਾਵੇ, ਉਹ ਜੈਸਾ ਕੋਈ ਮਿਲ ਗਿਆ। ਜੇ ਕੋਈ ਤੀਰਥ ਯਾਤਰੂ ਮਿਲ ਗਿਆ ਤਾਂ ਉਸੇ ਪਾਸੇ ਲਾਏਗਾ, ਜੇ ਕੋਈ ਕਬਰ ਪੂਜਣ ਵਾਲਾ ਮਿਲ ਗਿਆ ਤਾਂ ਨਾਲ ਲੈ ਜਾਏਗਾ, ਪਰ ਜੇ ਕੋਈ ਜਪਣ ਵਾਲਾ ਮਿਲ ਗਿਆ ਤਾਂ ਜਪਾਏਗਾ ਸ੍ਰੀ ਵਾ। ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ। ਸੰਤਾਂ ਨੇ ਕੀ ਕਰਨਾ? ਨਾਮ ਜਪਾਣਾ। ਇਹਨਾਂ ਦਾ ਹੋਰ ਕੰਮ ਕੋਈ ਨਹੀਂ, ਇਹਨਾਂ ਦਾ ਕੰਮ ਹੈ ਨਾਮ ਜਪਾਣਾ। ਔਰ ਜਿਸ ਨੂੰ ਇਹ ਨਾਮ ਜਪਾਵਣਗੇ ਫਿਰ ਨਾਮ ਕੋਈ ਜਪੇਗਾ। ਅਜੇ ਤਾਂ ਭਾਵੇਂ ਪਤਾ ਨਾ ਲੱਗੇ ਵੀ ਨਾਮ ਦਾ ਕਿਆ ਫਲ ਹੈ, ਪਰ ਥੋੜਾ ਕੁ ਜਪ ਕੇ ਨਾਮ ਆਪੇ ਦੱਸੇਗਾ ਮੇਰਾ ਕੀ ਫਲ ਹੈ। ਨਾਮ ਆਪ ਬੋਲੇਗਾ ਮੇਰਾ ਕੀ ਮੁੱਲ ਹੈ। ਨਾਮ ਜਪਣ ਵਾਲੇ ਦਾ ਹਿਰਦਾ ਅਨੁਭਵ ਕਰੇਗਾ ਕਿ ਨਾਮ ਕਿਆ ਹੁੰਦਾ ਹੈ। ਚਾਰ ਸਿੰਘ ਬੋਲੋ ਸ੍ਰੀ। ਜਿਸ ਨੀਚ ਕੋ ਕੋਈ ਨਾ ਜਾਣੇ, ਜਿਸ ਨੀਚ ਨਿਕਾਰੇ ਨੂੰ ਕੋਈ ਨਹੀਂ ਜਾਣਦਾ, ਜਿਸ ਨੂੰ ਦੁਨੀਆ ਦੁਰ ਦੁਰ ਕਰਦੀ ਸੀ, ਕੋਈ ਕੋਲ ਨਹੀਂ ਸੀ ਬਹਿਣ ਦਿੰਦਾ, ਜਿਸ ਵੇਲੇ ਜਪਣ ਲੱਗ ਪਿਆ ਸਾਧ ਸੰਗਤ ਤਾਂ ਸਾਰੇ ਸੇਵਕ ਬਣ ਗਏ। ਪੜੀਏ, ਜਿਸ ਨੀਚ ਕੋਈ ਨਾ ਜਾਣੇ, ਸਿਰਫ ਜਵਾਨੀ ਨਾ ਪੜੀਏ ਬਲਕਿ ਹਿਰਦੇ ਉੱਤੇ ਲਿਖ ਲਵੀਏ ਇਹ ਅੱਖਰ। ਜਿਸ ਨੀਚ ਕੋਈ ਨਾ ਜਾਣੇ, ਫੁੱਲਾਂ ਚੁੱਕਾ ਬਖਸ਼ਣੀਆਂ।